ਉਹਨਾਂ ਦੇ ਘਰ ਦੇ ਤੇ ਨਾਲ ਚਲੇ ਜਾਂਦੇ ਪਿੰਡ ਦੇ। ਅੱਛਾ ਘਰ ਦੇ ਅੰਦੇ ਪਿੰਡ ਭਾਈ ਗੱਡੀ ਘੜ ਲਾਓ ਭਾਈ ਜੀ ਆਪਣਾ ਯਾਰ ਬਾਊ ਜੀ ਮੈਂ ਉੱਧਰ ਆ ਰਿਹਾ ਸੀ ਲੁਧਿਆਣੇ ਤੋਂ, ਇਹ ਇੱਕਦਮ ਉੱਧਰੋਂ ਸਿੱਧੀ ਆਈ ਲੜਕੀ ਵਿੱਚ ਆ ਗਈ। ਹਾਂਜੀ ਅਚਾਨਕ ਹੀ ਹੋ ਗਿਆ? ਹਾਂਜੀ ਹਾਂਜੀ। ਕੋਈ ਨੁਕਸਾਨ ਹੋਇਆ? ਕੋਈ ਨੁਕਸਾਨ ਤੋਂ ਕੁਛ ਨਹੀਂ ਹੋਇਆ, ਨੁਕਸਾਨ ਕੁਛ ਵੀ ਨਹੀਂ। ਵੈਸੇ ਕੀ ਆ ਨੁਕਸਾਨ? ਹੁਣ ਕੀ ਕੋਈ ਗੱਲ ਮੁੱਕੀ ਜਾਂ ਕਿੱਦਾਂ? ਕਹਿੰਦੇ ਚਾਹੋ ਤੁਸੀਂ ਇਹੀ ਬੋਲਦੇ ਆ। ਹਾਂਜੀ ਤੁਹਾਡੇ ਨਾਲ ਸਾਡੇ ਤੁਹਾਡੇ ਤੇ ਲੱਗੀ? ਨਹੀਂ ਜੀ ਕੁਛ ਨਹੀਂ। ਤੇ ਤੁਹਾਡੇ ਨਾਲ ਕੌਣ ਕੌਣ ਸੀ? ਮੇਰੀ ਘਰ ਵਾਲੀ, ਮੇਰੇ ਬੱਚੇ, ਦੋ ਲੜਕੇ। ਉਹ ਮੈਡਮ ਕੱਲੀ? ਉਹ ਸਕੂਟਰੀ ਵਾਲੀ ਕੱਲੀ ਸੀਗੀ ਜੀ। ਕਹਿੰਦੇ ਜਾਓ ਤੁਸੀਂ। ਹਾਂਜੀ ਉਹ ਵੈਸੇ ਬਚਾ ਹੀ ਹੈ ਬਾਜੀ। ਤੁਹਾਡੇ ਤੇ ਲੱਗੀ ਸੱਟ? ਨਹੀਂ ਜੀ ਉਹਨਾਂ ਦੇ ਥੋੜੀ ਲੱਗੀ ਸੱਟ, ਉਦਾਂ ਮਾੜੀ ਮੋਟੀ ਨਾਲ ਪਈ ਗਈ, ਡਿੱਗੀ ਪਈ। ਮੈਂ ਲੁਧਿਆਣੇ ਤੋਂ ਆ ਰਿਹਾ ਜੀ, ਮੈਂ ਘਰ ਜਾ ਰਿਹਾ ਚਿੰਤਪੁਰਨੀ। ਹਾਂਜੀ ਵਾਪਸੀ? ਉਹ ਬੜੇ ਸੋਹਣੇ ਇੱਧਰੋਂ ਆਏ ਮੈਡਮ ਨੀ, ਇੱਧਰੋਂ ਗੱਡੀ ਆਈ ਆ, ਉਹ ਅਚਾਨਕ ਲੱਗੇ ਪਤਾ ਉਹਨੇ ਦਿਖੀ ਨਹੀਂ ਗੱਡੀ, ਉਹ ਗੱਡੀ 'ਚ ਲੱਗੇ, ਉਹਦਾ ਬਚਾਅ ਹੋ ਗਿਆ ਬਹੁਤ ਜ਼ਿਆਦਾ। ਐਕਟਿਵਾ ਸਾਰੀ ਭੱਜ ਗਈ, ਉਹਦੇ ਪੈਰ 'ਤੇ ਲੱਗਦਾ ਫ੍ਰੈਕਚਰ ਹੋ ਗਿਆ ਲੱਗਦਾ, ਉਹਦਾ ਬਚਾਈ ਆ। ਗੱਡੀ ਮਰੂਤੀ ਕਾਰ ਸੀ, ਹਿਮਾਚਲ ਨੰਬਰ ਆ। ਹਾਂ ਐਕਟਿਵਾ 'ਚ ਵੱਜਿਆ ਜੀ। ਐਕਟਿਵਾ 'ਤੇ ਇਕੱਲੇ ਮੈਡਮ ਹੀ ਸੀਗੇ, ਉਹ ਵੀ ਮੀਆਂ ਬੀਬੀ ਸੀਗੇ। ਹਾਂਜੀ ਇਹਨਾਂ ਦੇ ਕਰਦੇ ਆ ਰਹੇ ਆ, ਘਰ ਵਾਲੇ ਫੋਨ ਕੀਤਾ ਕਹਿੰਦਾ ਮਾਰਿਆ 10 ਮਿੰਟ 'ਚ। ਨਹੀਂ ਜਾਨੀ ਨਹੀਂ ਹੈਗਾ, ਉੱਧਰ ਬਚਾਇਆ। ਐਕਟਿਵਾ ਦਾ ਉਹ ਕਾਫੀ ਭੱਜੀ ਪਈ ਆ, ਦੇਖੋ ਸਮਝ ਟੁੱਟ ਗਈ ਉਹ ਐਕਟਿਵਾ। ਤਾਂ ਗੱਡੀ ਦਾ ਚਲੋ ਮੂਹਰੇ ਬੰਪਰ ਹੀ ਮਰੂਤੀ ਕਰ ਰਿਹਾ, ਉਹ ਤਾਂ ਪੁਰਾਣਾ ਮਾਡਲ ਹੀ ਆ। ਹਾਂ ਮੌਕੇ 'ਤੇ ਸਾਹਮਣੇ ਖੜੇ ਆਪਾਂ, ਇੱਥੇ ਆਹ ਇੱਥੇ ਖੜੇ ਸਾਹਮਣੇ। ਹਾਂਜੀ ਨਹੀਂ ਨਹੀਂ ਜਾਨਵਰ ਨਹੀਂ ਆਇਆ, ਉੱਦਾਂ ਹੀ ਉਹਨਾਂ ਨੂੰ ਕ੍ਰੋਸ ਕਰਨ ਲੱਗੇ ਸੀਗੇ, ਗੱਡੀ 'ਚ ਮੂਰਤੀ ਲੱਗੇ ਤੇਜ਼ ਦੀ ਮੂਰਤੀ। ਇਹ ਸਰ ਰੋਸ਼ਨ ਗਰਾਊਂਡ ਨੂੰ ਜਾਂਦਾ ਆਪਣੇ ਟਾਂਡਾ ਰੋਡ ਤੋਂ, ਉੱਥੇ ਇਹਦੇ ਮਰੂਤੀ ਕਾਰ ਦਾ ਤਾਂ ਐਕਟਿਵਾ ਦਾ ਐਕਸੀਡੈਂਟ ਹੋਇਆ, ਅਤੇ ਜਿਸ ਲੇਡੀਜ਼ ਦੇ ਪੈਰ 'ਤੇ ਸੱਟ ਲੱਗੀ ਆ, ਅਤੇ ਲੇਡੀਜ਼ ਕਹਿੰਦੀ ਵੀ ਆਪਣੇ ਘਰ ਵਾਲੇ ਦੇ ਨਾਲ ਹੋਸਪਿਟਲ ਚਲੇ ਗਈ ਆ, ਵੀ ਉਹਦੇ ਘਰ ਵਾਲੇ ਵੀ ਕਹਿੰਦੇ ਵੀ ਸੱਟ ਬਚਾਇਆ ਆਪਾਂ ਕੋਈ ਕਾਰਵਾਈ ਨਹੀਂ ਕਰਵਾਉਣੀ, ਅਤੇ ਵੀ ਘਰ ਵਾਲੇ ਨੂੰ ਜਾਣ ਦਾ ਉਹਨਾਂ ਦੀ ਆਪਸ ਵਿੱਚ ਸਹਿਮਤੀ ਸੀ, ਇਸ ਕਰਕੇ ਜਾਣਦੇ ਤਾਂ ਲੇਡੀਜ਼ ਹੋਸਪਿਟਲ ਲੈ ਗਏ ਪੱਟੀ ਕਰਵਾਉਣ ਲਈ, ਬਾਕੀ ਸਭ ਠੀਕ ਠਾਕ ਆ। ਨਹੀਂ ਸਰ ਕੁਛ ਨੁਕਸਾਨ ਨਹੀਂ ਹੋਇਆ, ਠੀਕ ਠਾਕ ਆ ਸਭ। ਗੱਡੀ ਕਿੱਥੋਂ ਆ ਰਹੀ ਸੀ, ਕਿੱਥੇ ਜਾ ਰਹੀ ਸੀ? ਸਰ ਅਸੀਂ ਉੱਧਰੋਂ ਚਿੰਤਪੁਰਨੀ ਸਾਈਡ ਆ ਰਹੇ ਸੀ, ਸਾਨੂੰ ਫੋਨ ਆਇਆ ਇਹਦਾ ਕਿ ਅਸੀਂ 5-7 ਮਿੰਟਾਂ 'ਚ ਇੱਥੇ ਪਹੁੰਚ ਗਏ, ਅਤੇ ਪਹੁੰਚ ਕੇ ਆ ਕੇ ਹਾਲਾਤ ਦੇਖੇ ਤਾਂ ਉਹ ਲੇਡੀਜ਼ ਨੂੰ ਹੋਸਪਿਟਲ ਭਜਾ ਤਾ ਉਹਦੇ ਘਰ ਦੇ ਨਾਲ, ਅਤੇ ਕਾਰ ਵਾਲਿਆ ਉਹ ਕਹਿੰਦੇ ਸਾਡੀ ਸਹਿਮਤੀ ਕੋਈ ਕਾਰਵਾਈ ਨਹੀਂ ਕਰਵਾਉਣੀ, ਕਾਰ ਵਾਲੇ ਨੂੰ ਸੈਟਿਸਫਾਈ ਸੀ ਭੇਜਤਾ ਜੀ। ਇਹ ਗੱਡੀ ਕਿੱਥੋਂ ਆ ਰਹੀ ਸੀ ਜਿਹੜੀ ਵੱਜੀ ਹੈ ਜੀ ਮਰੂਤੀ? ਇਹ ਲੁਧਿਆਣੇ ਤੋਂ ਆ ਰਹੀ ਸੀ ਜੀ, ਚਿੰਤਪੁਰਨ ਜਾਣੀ ਸੀ ਜੀ। ਹਿਮਾਚਲ ਦੇ ਰਹਿਣ ਵਾਲੇ? ਹਿਮਾਚਲ ਦੇ ਰਹਿਣ ਵਾਲੇ ਸੀ। ਅਤੇ ਐਕਟਿਵਾ ਸਵਾਰ ਦਾ ਲਾਗੇ ਘਰ ਸੀਗਾ? ਐਕਟਿਵਾ ਸਵਾਰ ਦਾ ਇੱਥੇ ਲਾਗੇ ਘਰ ਆ ਜੀ, ਨਜ਼ਦੀਕ ਹੀ। ਹਾਂਜੀ ਉਹਦਾ ਹਸਬੈਂਡ ਆ ਗਿਆ ਸੀ ਤਾਂ ਉਹ ਲੈ ਗਏ ਨਾਲ। ਪਤੀ ਆ ਗਏ? ਹਾਂਜੀ ਪਤੀ ਉਹਦਾ ਆ ਗਿਆ ਸੀ, ਹੁਣ ਲੈ ਗਏ।